मेनू पता तेरा सिर बन्ने चिरा पूरा नहीं होया बोली पींदे ने साडे वाले तो पंजीरी लै के आंदे तेरा तो रंग ही सड़िया तेरे मामे कित्थे होने एक ऐसी फोत हो गई अपनी दे खोलीए किराया देख ना कहीं मकान चलाया
ਜਿੰਨੀ ਪਹਿਲੇ ਹੋਈ ਹੋਏਗੀ ਉਹਦੀ ਕੀ ਕਰਾਏਗੀ ਤੇਰੀ ਪਹਿਲੇ ਹੋਈ ਹਾਂ ਫਿਰ ਪਾਕਿਸਤਾਨ ਦੇ ਤੁਸੀਂ ਦੋ ਬੰਦੇ ਇੱਕ ਤੂੰ ਇੱਕ ਤੁਸੀਂ ਤੁਹਾਨੂੰ ਛੱਡਿਆ ਨਹੀਂ ਕੰਜੇ ਨਾਲ ਗੱਲ ਪੁਰਾਣਾ ਦਾ ਉਹ ਵੇਲਾ ਉਹਨੇ ਭਣਵਈਆ ਟ੍ਰਾਂਸਫਰ ਕਰਤਾ ਹੀ ਹਾਂ ਜੀ ਵੇ ਜਾਨੀ ਨਾ ਤੂੰ ਆਉਂਦੇ ਹੋ ਗਿਆ ਅਸੀਂ ਕਰਨਾ ਹੈ ਇਹ ਦੱਸ ਦੇਣਾ ਦੋਵਾਂ ਤੇ ਤੇਰਾ ਸਗਾ ਭਰਾ ਕਿਹੜਾ ਹੈ ਉਹ ਹੀ ਹੋਣਾ ਜਿਹਨੇ ਵਾਲੀ ਪਾਈ ਇਹਨੇ ਤਾਂ ਤੇਰਾ ਡਾਬਾ ਖੋਲਣਾ ਮੇਰੀਆਂ ਕਲੈਪਾਂ ਦੇ ਉਹਦਾ ਭੈਣ ਤੋਂ ਵੀ ਸੋਹਣੇ ਕੁੜੀ ਚੀਕਾਂ ਮਾਰਨ ਦੀ ਉਹਨੂੰ ਗੱਡੀ ਦੇ ਵਿੱਚ ਉਹਨਾਂ ਨੇ ਪਾ ਲਿਆ ਸ਼ਰਾਬਾਂ ਸ਼ੁਰੂ ਫਿਰ ਮੈਂ ਕੀ ਵੇਖਿਆ ਉਹ ਕੁੜੀ ਨੂੰ ਉਹਨਾਂ ਨੇ ਮਾਰ ਦਿੱਤਾ ਕੁੜੀ ਦਾ ਭਰਾ ਬਾਹਰ ਚੁੱਪ ਅੰਦਰ ਬਸ਼ੀਰ ਪੁੱਤਰਾ ਵਾਲੇ ਫਿਰ ਕਹਿੰਦੇ ਹਾਲ ਭਰਦਾ ਨੀ ਤੁਸੀਂ ਆਪਣੇ ਘਰੋਂ ਦੋਬ ਲੈ ਆਓ ਤੂੰ ਵੀ ਸਮਝਿਆ ਮੈਂ ਟਰਾਈ ਨੀ ਕੀਤੀ ਹੋਣੀ ਮੈਂ ਵੀ ਤੇਰੇ ਕੋਲ ਪਿੱਟੂ ਪਕਾ ਰਹੀ ਆ ਜੀ ਮਾਸ਼ਾਅੱਲਾ ਅੱਜ ਲਾਓ ਹਾਂਜੀ ਮੇਰਾ ਨਾਸ਼ਤਾ ਤਿਆਰ ਕੀਤਾ ਕੀ ਖਾ ਰਹੇ ਤੁਸੀਂ ਸਿੱਧੀ ਹੋ ਖੋ ਗਿਆ ਕੀ ਖਾ ਰਹੇ ਤੁਸੀਂ ਕੀ ਖਾਣਾ ਤੁਸੀਂ ਭਾਜਾ ਦਵਾਈ ਲੈ ਜਾ ਕੇ ਆਪਣੀ ਮਰੋ ਤੁਸੀਂ ਜਿਹੜਾ ਗਰਮ ਕਰ ਦਿੱਤਾ ਫੜ ਕੇ ਸਾਡਾ ਆ ਵੇਖੋ ਕੈਸੀ ਗੱਲ ਹੈ ਆ ਸਾਡੇ ਜਵਾਨ ਦੇ ਭਰਾ ਇੰਨੇ ਨਾ ਆ ਬਜ਼ੁਰਗ ਸਾਡੇ ਖਰਾਬ ਕਰ ਦਿੱਤੇ ਆ ਬਜ਼ੁਰਗ ਇਹ ਹੀ ਦੱਸ ਕੇ ਆਇਆ ਸਾਡੀ ਚਾਚੀ ਨੂੰ ਮੈਂ ਦਰਬਾਰ ਤੇ ਜਾ ਰਿਹਾ ਚਾਚਾ ਜੀ ਵੀ ਕਹਿ ਰਹੇ ਨੇ ਚਾਚੀ ਨੂੰ ਆ ਭਲੀ ਲੋਕੇ ਵੇਖ ਮੈਂ ਤੇਰੇ ਤੋਂ ਲੰਗਰ ਲੈ ਕੇ ਆ ਦਰਬਾਰ ਅਗੂ ਚਾਚੀ ਵੀ ਸਿਆਣੀ ਹੁੰਦੀ ਏ ਕਹਿੰਦੀ ਏ ਕੀ ਹੋ ਗਿਆ ਸਰਤਾਜ ਲੰਗਰ ਚ ਰਹਿਤਾ ਹੁੰਦੀ ਕਿੰਨੇ ਪੈਸੇ ਲੈਣੇ ਨੇ ਸਾਨੂੰ ਗੁੰਗਰਾ ਨਾ ਕਰੋ ਜੋ ਲਾਹੌਰ ਚ ਰੇਟ ਉਹ 10 ਰੁਪਈਆ 3500 ਤੇ ਬੰਦੇ 4 ਆਵਾਂ ਗੱਲ ਤੇਰੇ ਹਲ ਤੇ ਚੌਥਾ ਭਲਾ ਕੌਣ ਹੈ ਜਿਹਦੀ ਬੈਠਕ ਹੁੰਦੀ ਉਹ ਆਪਣੀ ਮਾਰੀ ਲੈ ਕੇ ਕਰਦਾ ਹੁਣ ਨਿਕਲ ਜਾ ਮੇਰਾ ਪਿਓ ਆਉਣ ਵਾਲਾ ਇਹ ਚੰਗਾ ਕੀਤਾ ਤੂੰ ਦੱਸਦਾ ਮੈਂ ਲੈ ਕੇ ਕੱਢ ਦਿੰਦਾ ਅੱਛਾ ਜੇ ਤੂੰ ਤੇਰੀ ਭੈਣ ਨਾਲ ਜੋ ਗੱਲ ਹੋ ਰਹੀ ਤੇ ਤੂੰ ਕੱਦ ਕਰ ਉਹਦੀ ਇਹ ਮੇਰੇ ਤੇ ਕਿਉਂ ਪਾ ਰਿਹਾ ਮਾਸ਼ਾਅੱਲਾ ਪੜ੍ਹੇ ਲਿਖੇ ਹੋ ਅੱਛਾ ਇਹੋ ਜਿਹੀ ਨਾ ਯਕੀਨ ਸੁਣੋ ਸੱਚ ਗੱਲ ਹੈ ਹਸਪਤਾਲ ਚ ਨਾ ਨਰਸਾਂ ਹੁੰਦੀਆਂ ਨੇ ਇੱਕ ਮਿੰਟ
ਗਾਹ ਕਰ ਹੱਥ ਤੱਕ ਨਰਸਾਂ ਹੁੰਦੀਆਂ ਨੇ ਸੱਚੀ ਮੁੱਚੀ ਦੀ ਗੱਲ ਹੈ ਮਰਨੇ ਮਰੀਜ਼ ਨੂੰ ਕਹਿ ਰਹੀਆਂ ਹੁੰਦੀਆਂ ਨੇ ਬੱਚੇ ਦੀਆਂ ਕਿਉਂ ਵੇਖਦੀਆਂ ਨੇ ਲਾ ਕੇ ਬੱਚਾ ਖੂਬਸੂਰਤ ਪੈਦਾ ਹੋਵੇ ਤੇ ਤੁਹਾਡੀ ਵਾਲਦੇ ਨੂੰ ਖੁੱਲਾ ਜਿਹਾ ਵੇਖ ਲਿਆ ਔਲਾਦ ਦਾ ਬੜਾ ਗਰਵ ਕਰ ਲਿਆ ਮੈਨੂੰ ਨੀ ਪਈ ਯਾਦ ਹੈਗਾ ਉਦੋਂ ਮੈਂ ਬਹੁਤ ਛੋਟਾ ਸਾਂ ਅੱਛਾ 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 ਪੁਰਾਣੀ ਗੱਲ ਹੈਗੀ ਤੇ ਤੂੰ ਕੋਲਾ ਭਰ ਕੇ ਕਿਉਂ ਆਇਆ ਕਿੰਜ ਤੂੰ ਹੋਣਾ ਸੀ ਇਹ ਵੀ ਮਾਂ ਢਿੱਡ ਚ ਮੈਲ ਰੱਖਦੀ ਸੀ ਉਹਦਾ ਰਤਾਤਾ ਅੱਛਾ ਇਹੋ ਜਿਹਾ ਸਵਾਰੀ ਅੱਛਾ ਸੱਚੀ ਮੁੱਚੀ ਦੀ ਗੱਲ ਹੈ ਆ ਧਿਆਨ ਨਾਲ ਗੱਲ ਸੁਣੀ ਹੈ ਜੇ ਧਿਆਨ ਕਰੇਗਾ ਉਹਨੂੰ ਪਤਾ ਲੱਗੇਗਾ ਇਹੋ ਜਿਹਾ ਬੰਦਾ ਸਕੀਮ ਹੋਣ ਜਾਵੇ ਨਾ ਬੰਦਾ ਤਲਾਹ ਚ ਤਿੰਨ ਵਾਰੀ ਤਲਾਸ਼ੀ ਹੋ ਨੈਨ ਲਕਸ਼ਮੀ ਨਹੀਂ ਦੇਵੇ ਨਾ ਉਹਦੇ ਤੋਬਾ ਬਕਵਾਸ ਕਰ ਰਹੇ ਆ ਤੁਹਾਨੂੰ ਕਿਹਾ ਤੇ ਮੈਂ ਤੁਹਾਨੂੰ ਕਿਹਾ ਮੈਂ ਕਰੋ ਬੈਠੇ ਜਾਨੋ ਹੈਲੋ ਹਾਰੇ ਆ ਜੋੜੀ ਕਿਹੜੀ ਸੋਹਣੀ ਲੱਗ ਰਹੀ ਹੈ ਤੇ ਅੱਜ ਦੀ 35,000 ਦੀ ਜੋੜੀ ਵਿਕਣੀ ਹੈ 3000 ਮੇਰੇ ਲਈ 30,000 ਕਰਾਂਗੇ ਕੀ ਹੋਗਾ ਪੰਗਾ ਤੋਂ ਤੁਸੀਂ ਯਾਰ ਗੰਦੀ ਕੀਤੀ ਤੇ ਪੂਰਾ ਲੋਹੜ ਤੇ ਤੂੰ ਹੀ ਭੁਗਤਾਣਾ ਨਾ ਨੱਤੇ ਲਾ ਕੀ ਕਰਨ ਦੇ ਜੇ ਕਿਹੜੀ ਪੀ ਕੇ ਆ ਗਏ ਹੋ ਹੈ ਮਾਸ਼ਾਅੱਲਾ ਇਹ ਮੈਂ ਕਿਹਾ ਕਿੰਨਾ ਕੀਤਾ ਤੁਸੀਂ 10,000 ਮੇਰੇ ਤੂੰ ਜਾਨੂ ਨਾ ਕਹਿ ਇਹਨੂੰ ਮਾਮੂ ਕਹਿ ਜਿਸ ਕੰਮ ਆਇਆ ਸ਼ੁਰੂ ਹੋਣ ਵਾਲਾ ਕੁੜੀਆਂ ਦਾ ਭਰਾ ਕਹਿ ਰਿਹਾ ਛੋਟੇ ਛੋਟੇ ਬੰਦਿਆਂ ਦੀ ਛੋਟੀ ਛੋਟੀ ਲਾਈਫ ਹੁੰਦੀ ਕਰੋੜਪਤੀ ਆਦਮੀ ਕਰੋੜਪਤੀ ਆਦਮੀ ਤੁਸੀਂ ਚਾਹ ਪੀਣੀ ਹੋਵੇ ਪਿਓ ਨੂੰ ਪੁੱਛਣਾ ਪੈਂਦਾ ਕਰਨੀ ਹੈ ਚੱਲ ਦਫਾ ਹੈ ਮੈਂ ਤੁਹਾਨੂੰ ਸ਼ੇਰ ਸੁਣਾਉਣਾ ਸ਼ੁਕਰ ਹੋ ਅੱਲਾ ਦਾ ਰਾਤੀ ਆ ਭਾਈ ਤੂੰ 250 ਲੈ ਹਾਂਜੀ ਅਦਬੀ ਸ਼ੇਰ ਅਦਬੀ ਅਦਬੀ ਹਾਂ ਅੱਲਾ ਕਿਤੇ ਰਾਤ ਨਾਲ ਪੱਲਾ ਕੋਈ ਨਹੀਂ ਕਿਆ ਕਹਿੰਦੇ ਆ ਦੇਖੋ ਜਿੰਨਾ ਕੰਨਿਆਂ ਦਾ ਤਾਂ ਨਹੀਂ ਸ਼ੇਰ ਕਹਿੰਦਾ ਸਾਕੀ ਥੋੜੀ ਸ਼ਰਾਬ ਦੇ ਦੇ ਵਾਹ 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 ਤੇ ਆਪਣੇ ਵਿੱਚੋਂ ਜਨਾਬ ਦੇ ਦੇ ਸਾਕੀ ਥੋੜੀ ਜਿਹੀ ਸ਼ਰਾਬ ਦੇ ਦੇ ਤੇ ਆਪਣੇ ਵਿੱਚੋਂ ਜਨਾਬ ਦੇ ਦੇ ਇਹ ਮੈਂ ਰੋਜ਼ ਨਾਲ ਲਾਇਆ ਕਰ ਨਹੀਂ ਦੇਣੀ ਤੇ ਜਵਾਬ ਦੇ ਦੇ ਕਿਉਂ ਵੀ ਹੋਰ ਨਾ